ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਭਾਈ ਰਣਜੀਤ ਸਿੰਘ ਜੀ ਲਿਖਤ ਪੁਸਤਕ ਗੁਰਮਤਿ ਪ੍ਰਕਾਸ਼ ਦਾ 21ਵਾਂ ਅਧਿਆਇ ਖਾਲਸਾ ਹੀ ਹਲੇਮੇ ਰਾਜ ਹੋ ਕੇ ਰਹੇਗਾ ਸਤਗੁਰ ਕਲਗੀਧਰ ਜ਼ਾਹਰ ਜ਼ਹੂਰਤ ਹਾਜ਼ਰ ਨਾਜ਼ਰ ਹਨ ਸਤਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ ਉਹ ਅਬਨਾਸੀ ਪੁਰਖ ਹੈ ਸਭ ਮੈਂ ਰਹਾ ਸਮਾਇਆ ਸੋਹੀ ਮਹੱਲਾ ਚੌਥਾ ਅਸ਼ਟਪਦੀਆ ਇਸ ਉੱਪਰਲੇ ਗੁਰਵਾਕ ਅਨੁਸਾਰ ਜਗਤ ਗੁਰੂ ਸ੍ਰੀ ਗੁਰੂ ਨਾਨਕ ਕਲਗੀਧਰ ਪਾਤਸ਼ਾਹ ਦਸਮੇਸ਼ ਗੁਰੂ ਸਦਾ ਸਦਾ ਹਾਜ਼ਰ ਹਜ਼ੂਰ ਜ਼ਾਹਰ ਜ਼ਹੂਰ ਸਭ ਮੈਂ ਪ੍ਰਭੂਰ ਸਾਕਸ਼ਾਤ ਨੂਰੋ ਨੂਰ ਹੈ ਉਹ ਸਦਾ ਹਾਜ਼ਰ ਨਾਜ਼ਰ ਹੈ ਤੇ ਆਵਣ ਜਾਣ ਦੀ ਕੈਦ ਤੋਂ ਸਦਾ ਬਾਹਰ ਹੈ ਇੱਕ ਹੈ ਆਵਣ ਫਿਰ ਜੋਨ ਨਾ ਆਇਆ दिवाक ਅਨੁਸਾਰ ਕੇਵਲ ਇੱਕ ਵਾਰ ਸਤਿਗੁਰੂ ਸੰਸਾਰ ਵਿਖੇ ਮਨੁੱਖ ਜਮੇ ਵਿੱਚ ਅਵਤਾਰ ਧਾਰ ਕੇ ਆਇਆ ਤਾਂ ਕੇਵਲ ਜੀਅਦਾਨ ਦੇ ਭਗਤੀ ਲਾਇਨ ਨਮਿਤ ਸੱਚਾ ਪਰਉਪਕਾਰੀ ਬਣ ਕੇ ਆਇਆ ਬਾਹੜ ਇਸ ਤਰ੍ਹਾਂ ਦੀ ਆਵਣ ਦੀ ਉਸ ਨੂੰ ਲੋੜ ਨਹੀਂ ਰਹੀ ਜੋਤੀ ਜੋਤ ਸਮਾਏ ਕੇ ਉਹ ਅਬਨਾਸ਼ੀ ਪੁਰਖ ਹੀ ਰਹਾ ਸਭ ਵਿੱਚ ਸਮਾਏ ਰਹਾ ਅਬਨਾਸ਼ੀ ਪੁਰਖ ਹੈ ਸਦਾ ਹਾਜ਼ਰ ਨਾਜ਼ਰ ਅਬਨਾਸ਼ੀ ਪੁਰਖ ਹੈ ਜੋਤ ਜਾਮੇ ਵਿੱਚ ਪ੍ਰਗਟ ਹੋਇਆ ਅਨਿੰਨ ਸ਼ਰਧਾਲੂ ਗੁਰਮੁਖ ਜਨਾਂ ਨੂੰ ਦਿਵਯ ਦਰਸ਼ਨ ਦਿਖਾਏ ਕੇ ਨਿਹਾਲ ਨਿਹਾਲ ਕਰਨ ਹਾਰਾ ਹੈ ਉਸ ਨੂੰ ਬਾਹੜ ਮਨੁੱਖ ਜਾਮਾ ਧਾਰਨ ਦੀ ਲੋੜ ਨਹੀਂ ਮਨੁੱਖ ਜਾਮੇ ਵਿੱਚ ਮੁੜ ਅਵਤਾਰ ਧਾਰਨ ਦੀ ਲੋੜ ਨਹੀਂ ਜਦੋਂ-ਜਦੋਂ ਅਵਸਰ ਬਣਿਆ ਤਦੋ ਤਦੋ ਅਨੇਨ ਸ਼ਰਧਾਲੂ ਅਭਿਆਸੀ ਜਨਾਂ ਨੂੰ ਤਿਨਾਂ ਦੇ ਹਿਰਦਿਆਂ ਅੰਦਰ ਪ੍ਰਚੰਡ ਜੋਤਮਈ અવਤਾਰ ਧਾਰ ਕੇ ਦਰਸ ਦਿਖਾਉਂਦਾ ਤੇ ਕਲਾ ਵਰਤਾਂਦਾ ਆਇਆ ਹੈ ਜੋਤੀ ਜੋਤ ਸਮਾਉਣ ਦੇ ਸਮੇਂ ਤੋਂ ਹੀ ਸਦਾ ਸਦਾ ਪ੍ਰਤੱਖ ਦੀਦਾਰ ਜਲਵੇ ਆਪਣੇ ਜਾਗਤ ਜੋਤ ਜਪਣਹਾਰ ਖਾਲਸ ਗੁਰਮੁਖ ਜਨਾਂ ਨੂੰ ਦਿਖਾਉਂਦਾ ਆਇਆ ਹੈ ਅਤੇ ਦਿਖਾਉਂਦਾ ਰਹੇਗਾ ਮੁੜ ਮਨੁੱਖ ਜਨਮ ਜਾਮੇ અવਤਾਰ ਧਰਨ ਦਾ ਗੁਰੂ અવਤਾਰ ਧਰਨ ਦਾ ਸਿਲਸਿਲਾ ਹੀ ਸ੍ਰੀ ਦਸ਼ਮੇਸ਼ ਜੀ ਨੇ ਮੁਕਾ ਦਿੱਤਾ ਭੂਤ ਭਵਿੱਖ ਦੇ ਦਾਨੀ ਅੰਤਰ ਜਾਮੇ ਸ੍ਰੀ ਗੁਰੂ ਕਲਗੀਧਰ ਸਾਹਿਬ ਨੇ ਇਹ ਵਿਚਾਰ ਕਿ ਕਲਯੁਗ ਵਿਖੇ ਅੱਗੇ ਨੂੰ ਘਰ ਘਰ ਹੋਏ ਬੈਠ ਹੈ ਰਾਮਾ ਜਾਂ ਤੇ ਸਰੇ ਨ ਕੋ ਕਾਮਾ ਵਾਲਾ ਵਰਤਾਰਾ ਜ਼ਰੂਰ ਵਰਤੇਗਾ ਇਹ ਸਾਰਾ ਗੁਰੂ ਢੰਮ ਵਾਲਾ ਫਸਤਾ ਹੀ ਵੱਡ ਦਿੱਤਾ ਕਈ ਅਜਾਣ ਸਿੱਖ ਸੱਜਣ ਗੁਰੂ ਸਾਹਿਬ ਦੇ ਇਸ ਅਭਿਪਰੇ ਤੋਂ ਅਨਜਾਨ ਹੋਣ ਕਰਕੇ ਇਹ ਕਹਿੰਦੇ ਸੁਣਿੰਦੇ ਹਨ ਕਿ ਗੁਰੂ ਦਸਮ ਪਾਤਸ਼ਾ ਫਿਰ ਦੇਹ ਧਾਰ ਕੇ ਆਉਣਗੇ ਇਹ ਸੁਣ ਕੇ ਅਫਸੋਸ ਹੁੰਦਾ ਹੈ ਕਿ ਸ੍ਰੀ ਗੁਰੂ ਦਸਮ ਪਾਤਸ਼ਾਹ ਨੇ ਜਿਤਨਾ ਸਾਨੂੰ ਦੇਹ ਧਾਰੀ ਗੁਰੂ ਦੀ ਮਨੋਤ ਤੋਂ ਵਰਜਿਆ ਹੈ ਤੇ ਇਸ ਖਿਆਲ ਤੋਂ ਰੁਕਿਆ ਹੈ ਉਤਨੀ ਹੀ ਇੱਲਤ ਵਾਲੀ ਬਿਮਾਰੀ ਸਾਡੇ ਵਿੱਚ ਦਿਨੋਂ-ਦਿਨ ਜ਼ੋਰ ਨਾਲ ਵੱਧ ਰਹੀ ਹੈ ਅਤੇ ਆਏ ਦਿਨ ਇਹ ਸੁਣੀਂਦਾ ਹੈ ਕਿ ਅਮਕੇ ਦੇਹ ਧਾਰੀ ਗੁਰੂ ਨੇ ਫਲਾਣੀ ਥਾਂ ਅਵਤਾਰ ਧਾਰਿਆ ਹੈ ਤੇ ਫਲਾਣੇ ਸਮੇ ਗੁਰੂ ਸਾਹਿਬ ਦੇ ਧਾਰਨਗੇ अथवा ਫਲਾਣਾ ਸੰਤ ਮਹਾਤਮਾ ਫਲਾਣੇ ਗੁਰੂ ਸਾਹਿਬ ਦਾ ਅਵਤਾਰ ਹੈ ਇਸ ਤਰ੍ਹਾਂ ਦੀਆਂ ਕੱਚ ਘੜੜ ਖਿਆਲਾਂ ਵਾਲੀਆਂ ਗੱਲਾਂ ਗੁਰਮਤ ਤੋਂ ਵਿਰੁੱਧ ਤੇ ਸ੍ਰੀ ਦਸ਼ਮੇਸ਼ ਜੀ ਦੇ ਆਸ਼ੇ ਤੋਂ ਉਲਟ ਹਨ ਪਰ ਇਸ ਤਰ੍ਹਾਂ ਦੀਆਂ ਗੱਲਾਂ ਉਪਜਦੀਆਂ ਉਹਨਾਂ ਨੂੰ ਹੀ ਹਨ ਜੋ ਗੁਰਮਤ ਨਾਮ ਅਭਿਆਸ ਕਮਾਈ ਤੋਂ ਸਖਣੇ ਮਨਮੁਖੀਏ ਹਨ ਜਿਨ੍ਹਾਂ ਗੁਰਸਿੱਖਾਂ ਦੇ ਘਟਾ ਅੰਦਰ ਗੁਰਮਤ ਨਾਮ ਦੀ ਅਭਿਆਸ ਕਮਾਈ ਦੁਆਰਾ ਗੁਰੂ ਜੋਤ ਦੇ ਪ੍ਰਤੱਖ ਪ੍ਰਕਾਸ਼ ਦੀ ਜ਼ਾਹਰ ਤੇ ਪਾਰਸ ਕਲਾ ਪ੍ਰਤੱਖ ਵਰਤੀ ਹੈ ਤੇਨਾ ਨੂੰ ਗੁਰੂ ਹਰਦਮਾਹਜ਼ਰ ਨਾਜ਼ਰ ਦਿਸਦਾ ਹੈ ਹਾਂ ਘਟਵਤ ਅਭਿਆਸ ਕਮਾਈ ਅਨੁਸਾਰ ਕਿਤੇ ਲੁਕਣ ਮਿੱਟੀ ਜੋਤ ਜਲਵੇ ਦਿਖਾਂਦਾ ਹੈ ਕਿਤੇ ਸਦ ਵਿਗਾਸੀ ਦਰਸ਼ਨਾ ਦਾ ਮੀਂਹ ਵਰਸਾਂਦਾ ਹੈ ਹਰ ਹਾਲਤ ਵਿੱਚ ਸ਼ਰਧਾਵਾਨ ਜੋਤ ਵਿਗਾਸੀ ਗੁਰਸਿੱਖਾਂ ਤਾਂ ਹੀ ਇਹ ਘਾਟਾ ਕਦੇ ਪ੍ਰਤੀਤ ਹੁੰਦਾ ਹੀ ਨਹੀਂ ਕਿ ਸਤਿਗੁਰੂ ਹਾਜ਼ਰ ਨਹੀਂ ਜਾਂ ਹੈ ਨਹੀਂ ਉਹ ਤਾਂ ਸਦਾ ਸਦਾ ਸਤਿਗੁਰ ਮੇਰਾ ਸਦਾ ਸਦਾ ਤੇਨਾਂ ਦੇ ਦਿਬ ਦਰਸੀ ਆਤਮ ਨੈਣਾ ਨੂੰ ਨਜ਼ਰੀਆ ਆਉਂਦਾ ਹੈ ਇੱਥੇ ਤਾਂ ਉਹ ਨਾਮ ਅਭਿਆਸੀ ਗੁਰਮੁਖ ਜਨ ਸਦਾ ਚੜ੍ਹਦੀ ਕਲਾ ਵਿੱਚ ਰਹਿੰਦੇ ਹਨ ਨਾਮ ਅਭਿਆਸ ਦੇ ਘਾਟੇ ਵਾਲਿਆਂ ਨੂੰ ਇਹ ਚੜ੍ਹਦੀ ਕਲਾ ਕਿੱਥੋਂ ਉਹ ਤਾਂ ਘਟਿਆ ਖਿਆਲਾਂ ਦੀ ਨਿੱਗਰ ਦੀ ਕਲਾ ਵਿੱਚ ਹੀ ਸੜੀਅਲ ਜਨਮ ਬਿਤਾਉਂਦੇ ਹਨ ਕਦੇ ਕਿਸੇ ਦਾ ਆਸਰਾ ਤੇ ਕਦੇ ਕਿਸੇ ਦੀ ਓਟ ਠਕਾਉਂਦੇ ਹਨ ਪਰ ਆਪਣੇ ਨਿਜ ਅਸਲੇ ਵੱਲ ਨਹੀਂ ਆਉਂਦੇ ਸਭ ਤੋਂ ਬਹੁਤੀ ਨਰਾਸ਼ਤਾ ਵਾਲੀ ਗੱਲ ਹੈ ਤਾਂ ਇਹ ਕਿ ਸਦਾ ਆਪਣੇ ਖਾਲਸੇ ਨੂੰ ਪ੍ਰਚੰਡ ਕਲਾ ਜਾਗਦੀ ਜੋਤ ਦੇ ਚੜ੍ਹਦੇ ਰੰਗ ਵਿੱਚ ਰੱਖਣ ਵਾਲੇ ਸ੍ਰੀ ਦਸ਼ਮੇਸ਼ ਜੀ ਦੇ ਅਖੌਤੀ ਸਿੱਖ ਆਪਣੇ ਉੱਚ ਖਾਲਸਾਈ ਆਦਰਸ਼ਾਂ ਤੋਂ ਗੁੰਮਰਾਹ ਹੋ ਕੇ ਬੁੱਤ پرست ਮਤਮਤਾਂਤਰ ਆਨਮਤੀ ਆਗੂਆਂ ਦੇ ਪੈਰੋਕਾਰ ਬਣਦੇ ਚਲੇ ਜਾ ਰਹੇ ਹਨ ਜਿਸ ਦਾ ਸਿੱਟਾ ਇਹ ਹੋ ਰਿਹਾ ਹੈ ਕਿ ਸਤਗੁਰੂ ਦਸਮੇਸ਼ ਜੀ ਦਾ ਤੇਜ ਗਵਾ ਰਹੇ ਹਨ بڑے ਤੋਂ بڑے ਪ੍ਰਸਿੱਧ ਆਗੂ ਕਹਾਣ ਵਾਲੇ ਵੀ ਅਸਲ ਅਸੂਲਾਂ ਉੱਤੇ ਦ੍ਰਿੜ ਨਹੀਂ ਰਹਿੰਦੇ ਉਹਨਾਂ ਦਾ ਕੋਈ ਇੱਕ ਉਹਨਾਂ ਦਾ ਕੋਈ ਅਸੂਲ ਹੀ ਨਹੀਂ ਇੱਕ ਅਸੂਲ ਨੂੰ ਬਣਾਉਂਦੇ ਹਨ ਤੇ ਇੱਕ ਅਸੂਲ ਨੂੰ ਢਾਉਂਦੇ ਹਨ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਏ ਦੀਆਂ ਬੜਕਾਂ ਮਾਰਨ ਵਾਲੇ ਤੇ ਪੰਥ ਕੀ ਜੀਤ ਮਈ ਖਾਲਸਾ ਪੰਥ ਦੀ ਅਡਰੀ ਹਸਤੀ ਦੀਆਂ ਟਾਰਾਂ ਛੱਡਣ ਵਾਲੇ ਵੀ ਅੱਜ ਹਾਰੇ ਹੋਏ ਪੋਲਿਟੀਸ਼ਨਰਾਂ ਨੀਤੀਵਾਨਾਂ ਤੇ ਕਮਜ਼ੋਰ ਮੰਗਤਿਆਂ ਵਾਂਗ ਪੰਜਾਬੀ ਸੂਬੇ ਦੀਆਂ ਮੰਗਾ ਮੰਗ ਰਹੇ ਹਨ ਉਹਨਾਂ ਅਵਲ ਪੰਥੀਆਂ ਦੀ ਨਿਰੋਲ ਪੰਥਕ ਨਿਰੋਲਤਾ ਜਨਾਉਣ ਵਾਲੀ ਟਾਹਰ ਕਿੱਥੇ ਗਈ ਉਹਨਾਂ ਨੂੰ ਖਾਲਸਾ ਹੀ ਨਾਹਰਾਂ ਪਰ ਵਿਸ਼ਵਾਸ ਨਹੀਂ ਰਿਹਾ ਜਬਲਾ ਖਾਲਸਾ ਰਹੇ ਨਿਆਰਾ ਤਬ ਲਗ ਤੇਜ ਦਿਓ ਮੈਂ ਸਾਰਾ ਵਾਲੇ ਸ੍ਰੀ ਗੁਰੂ ਸ੍ਰੀ ਮੁਖਵਾਕ ਪਰ ਭਰੋਸਾ ਨਹੀਂ ਰਿਹਾ ਉਹ ਆਨਮਤੀ ਹਿੰਦੂਆਂ ਦੀ ਹਮਾਇਤ ਲੈਣ ਨੂੰ ਬੜਾ ਫਖਰ ਸਮਝਦੇ ਹਨ ਉਹ ਹੁਣ ਫੇਰ ਮਿਲ ਗੋਬਾ ਹੋ ਕੇ ਮਲਿਆ ਮੇਟ ਹੋਣ ਉੱਪਰ ਲੱਕ ਬੰਨੀ ਖਲੋਤੇ ਹਨ ਤੇ ਇਸ ਗੁਰਮਤ ਹੀਣੀ ਗੱਲ ਨੂੰ ਜਿਤਾਉਣਾ ਬੜੀ ਬਿਰਤਾ ਭਰੀ ਸਿਆਣਪ ਸਮਝਦੇ ਹਨ ਕਿ ਸਿੱਖ ਹਿੰਦੂਆਂ ਵਿੱਚੋਂ ਹੀ ਨਿਕਲੇ ਹਨ ਉਹਨਾਂ ਨੂੰ ਇਸ ਗੱਲ ਦੇ ਹਾਮੀ ਹੋਣ ਵਿੱਚ ਰੰਚਕ ਲੱਜਾ ਨਹੀਂ ਆਉਂਦੀ ਉਹਨਾਂ ਨੂੰ ਇਸ ਗੱਲ ਦੀ ਪ੍ਰਤੀਤ ਹੀ ਨਹੀਂ ਆਉਂਦੀ ਕਿ ਖਾਲਸਾ ਕੌਮ ਦੀ ਸਿੱਖ ਜਨਤਾ ਗੁਰੂ ਨਾਨਕ ਸਾਹਿਬ ਦੀ ਕੁੱਖ ਵਿੱਚੋਂ ਹੀ ਨਿਕਲੀ ਹੈ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਗੋਦ ਵਿੱਚ ਪਲੀ ਹੈ ਤਿਨਾਂ ਨੂੰ ਸਿਰ ਉੱਪਰ ਠਾਢਾ ਗੁਰਸੂਰਾ ਨਜ਼ਰ ਹੀ ਨਹੀਂ ਆਉਂਦਾ ਤਿਨਾਂ ਦੇ ਕਾਰਜ ਕਿੱਥੋਂ ਤੇ ਕਦੋਂ ਪੂਰੇ ਹੋਣੇ ਹਨ ਤੇ ਕਿਵੇਂ ਪੂਰੇ ਹੋਣੇ ਹਨ ਸਤਿਗੁਰ ਤਿਨਾਂ ਦਾ ਹੀ ਸਹਾਈ ਹੁੰਦਾ ਹੈ ਜੋ ਸਤਿਗੁਰ ਸੂਰਮੇ ਨੂੰ ਸਦਾ ਸੀਸ ਉੱਤੇ ਕਾਇਮ ਦائم ਜਾਣਦੇ ਹਨ ਤਿਨਾਂ ਚੜ੍ਹਦੀ ਕਲਾ ਵਾਲਿਆਂ ਸਿੰਘਾਂ ਸੂਰਮਿਆਂ ਦੇ ਸੀਸਾਂ ਉੱਤੇ 96 ਕਰੋੜ ਗੁਰੂਕੀਆਂ ਗੁਪਤ ਸ਼ਹੀਦੀ ਫੌਜਾਂ ਸਾਵਧਾਨ ਹੋ ਕੇ ਸਦਾ ਪੈਰਾ ਦਿੰਦੀਆਂ ਹਨ ਅਜੇਹ ਸੂਰਮੇ ਸਿੰਘਾਂ ਦੇ ਆਤਮੇ ਅੰਦਰ ਹੀ ਗੁਰੂ ਕੀ ਸੂਰਮਤਾ ਕਲਾ ਵਰਤਦੀ ਹੈ ਅਜੇਹ ਕਲਾਧਾਰੀ ਸੂਰਮੇ ਸਿੰਘਾਂ ਅੰਦਰ ਗੁਰੂ ਨੇ ਆਪ ਵਰਤਣਾ ਹੈ ਜਦੋਂ ਨੇੜੇ ਟੜੇ ਇਹ ਸਮਾਂ ਟੁੱਕ ਆਇਆ ਤੇ ਖਾਲਸਾ ਕੌਮ ਅੰਦਰ ਇਸ ਜ਼ਾਹਰੀ ਕਲਾ ਦਾ ਪ੍ਰਤੱਖ ਜ਼ਾਹੂਰ ਵਰਤ ਗਿਆ ਉਸ ਛਿਨ ਅੰਦਰ ਤਤਕਾਲ ਹੀ ਖਾਲਸਾ ਹੀ ਹਲੇ ਮੀਰਾਜ ਹੋ ਜਾਏਗਾ ਜ਼ਰੂਰ ਹੋਏਗਾ ਹੋ ਕੇ ਰਹੇਗਾ ਸਤਗੁਰੂ ਦਸ਼ਮੇਸ਼ ਜੀ ਦੀ ਜ਼ਾਹਰ ਕਲਾ ਵਰਤੇਗੀ ਉਸ ਦਾ ਜ਼ਹੂਰ ਘਟ ਘਟ ਅੰਦਰ ਵਰਤੇਗਾ ਇਉ ਗੁਰੂ ਅਵਤਾਰ ਧਾਰਨ ਤੇ ਤਤ ਅਦਰਸ਼ੀ ਅਰਥ ਜ਼ਹੂਰ ਪਜ਼ੀਰ ਹੋਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ